ਦੌੜਾਂ ਹੋਣੀਆਂ। ਉਹ ਦੌੜਾਂ ਦੇ ਵਿੱਚ ਜਿਹੜਾ ਜਿੱਤੂਗਾ ਉਹਨੂੰ 10,000 ਰੁਪਈਆ ਇਨਾਮ ਦਿੱਤਾ ਜਾਏਗਾ ਪ੍ਰਬੰਧਕਾਂ ਵੱਲੋਂ, ਤੇ ਜਿਹੜਾ ਹਾਰੇਗਾ ਉਹਨੂੰ 5,000 ਰੁਪਈਆ। ਫਿਰ ਬੋਲੇ ਬੋਲੇ ਬੋਲੀ, ਜਿਹੜਾ ਹਾਰੂਗਾ 5,000, ਜਿਹੜਾ ਜਿੱਤੂਗਾ ਉਹਨੂੰ 10,000 ਰੁਪਈਆ। ਇਹ ਮੇਲਾ 26 ਅਗਸਤ ਨੂੰ ਹੋ ਰਿਹਾ ਨਾਲੇ ਮੇਰੇ ਨਾਲ ਖਾਤੇ ਕਾਹਦਾ ਜੇ ਹਾਰ ਜਾਂਗੇ 5,000 ਤੇ ਵਰਤੇ ਯਾ ਨਾਲ ਖਾ ਮੇਰਾ ਦੌੜਾਂ ਚ ਆਓ ਨਹੀਂ ਲਿਖਿਆ ਲਿਖਾ ਜਾ ਤੂੰ ਮੇਰਾ 5,000 ਜਿੱਤ ਲੂ ਹਾਰ ਕੇ ਵੀ 5,000 ਮਿਲ ਜਾਣਾ ਤੂੰ ਨਾਲ ਖਾ ਮੇਰਾ ਉਹ ਦੌੜਾਂ ਚ ਨਹੀਂ ਲਿਖਾਇਆ ਜਾਣਾ ਤੂੰ ਨਾਲ ਲਿਖਾ ਯਾਰ ਮੇਰਾ ਉਹ ਦੌੜ ਕੁੱਤਿਆਂ ਦੀ ਆ ਚਲੇ ਆ ਲਿਖਾ ਦਾ ਹੁਣ ਨਹੀਂ ਨਹੀਂ ਉਹ ਲਿਖਾ ਉਹ ਲਿਖਾ ਦੇ ਚਾਚਾ ਮੂੰਹ ਵੀ ਇਹਦਾ ਕੁੱਤੇ ਵਰਗਾ ਹੀ ਆ ਪਰ ਦੌੜ ਪੱਟ ਬੋਲਦੀ ਆ ਨਾ ਇਹ ਕਿਹੜੀ ਨਸਲ ਆ ਇਹ ਸ਼ਾਵਰ ਅੱਛਾ 2 ਮਿੰਟ ਮੇਲੇ ਤੇ ਆ ਆਹੋ ਉਹ ਯਾਰ ਬੰਦ ਕਰ ਜੇ ਤਾਂ ਫੋਨ ਪ੍ਰੋਗਰਾਮ ਕਰਦੀ ਆ ਫੋਨ ਨਹੀਂ ਸੁਣੀ ਜਾਂਦਾ ਕੌਣ ਹੈ ਆ ਪੁੱਛ ਕੌਣ ਹੈ ਹੈਲੋ ਕੌਣ ਹੈ ਤੂੰ ਹਾਂ ਹਾਂਜੀ ਕੀ ਹੋਇਆ ਹੈਲੋ ਹਾਂਜੀ ਓਏ ਬੜੀ ਛੇਤੀ ਫਿਊਜ਼ ਉੱਡਿਆ ਜੀ ਅੱਗੋਂ ਆਵਾਜ਼ ਬੜੀ ਘੈਂਟ ਆਈ ਹੂੰ ਹਾਂਜੀ ਮੈਂ ਮੇਲੇ ਤੇ ਹਾਂ ਜੀ ਹਾਂਜੀ ਹਾਂਜੀ ਨਿਸ਼ਾਨ ਨੇ ਗਾਲਿਆ ਹਾਂਜੀ ਪੰਮਾ ਭਾਜੀ ਆ ਰਹੇ ਆ ਹਾਂਜੀ ਮੈਂ ਹੁਣ ਸਾਰੇ ਸਾਹਮਣੇ ਕਿੱਦਾਂ ਕਹਾਂ ਤੈਨੂੰ ਕੀ ਕਹਿਣਾ ਵਾ ਚੱਲ ਮੂੰਹ ਪਾਸੇ ਕਰਕੇ ਕਹਿੰਦਾ ਪ੍ਰਬੰਧਕ ਬੈਠੀ ਆ ਅੱਛਾ ਆਈ ਲਵ ਯੂ ਓਏ ਓਏ ਹੋ ਰੋਜ਼ ਤੇਰੇ ਕੋ ਸੁਣਨਾ ਹੀ ਹੁੰਦਾ ਤੂੰ ਕੌਣ ਸੀ ਘਰ ਵਾਲੀ ਝੂਠਾ ਕੀ ਹੋਇਆ ਇੱਥੇ ਵਿਆਹੇ ਬੰਦੇ ਬੈਠੇ ਆ ਇਹੋ ਜਿਹੀ ਉਮਰ ਵਾਲੇ ਭਾਜੀ ਇਹੋ ਜਿਹੀ ਉਮਰ ਦੇ ਵਿੱਚ ਵਿਆਹੇ ਬੰਦੇ ਨੂੰ ਘਰ ਵਾਲੀ ਦਾ ਫੋਨ ਆਵੇ ਤੇ ਕੋਈ ਏਡੇ ਪਿਆਰ ਨਾਲ ਗੱਲ ਕਰਦਾ ਉਹ ਮੈਂਬਰ ਸਾਹਿਬ ਕਰਦੇ ਹੀ ਉਹ ਚੱਲ ਤੂੰ ਝੂਠ ਬੋਲਦਾ ਕਿਉਂ ਘਰ ਵਾਲੀ ਦਾ ਫੋਨ ਹੀ ਮੈਂ ਨਹੀਂ ਮੰਨਦਾ ਝੂਠ ਬੋਲਦਾ ਜੀ ਇਹੋ ਜਿਹੀ ਉਮਰ ਵਿੱਚ ਘਰ ਵਾਲੀ ਫੋਨ ਕਰੇ ਤੇ ਕੋਈ ਏਡੇ ਪਿਆਰ ਨਾਲ ਗੱਲ ਕਰਦਾ ਮੈਂ ਨਹੀਂ ਮੰਨਦਾ ਲਾਈਵ ਚੱਲਣ ਡਿਆ ਵਾ ਭਾਜੀ ਛੋਂ ਲੱਗੇ ਘਰ ਵਾਲੀ ਦਾ ਹੀ ਮੈਂ ਨਹੀਂ ਮੰਨਦਾ ਤੇਰੀ ਘਰ ਵਾਲੀ ਦਾ ਹੀ ਕਹਿਤਾ ਜੋ ਕਹਿਣਾ ਹੈ ਮੇਰੇ ਗੱਲ ਸੁਣ ਮੇਰੀ ਤੂੰ ਆਇਆ ਕਿੱਥੇ ਆ ਸਟੇਜ ਤੇ ਆ ਸਟੇਜ ਤੇ ਸਾਰੇ ਪਿੰਡ ਆਉਂਦੇ ਆ ਪਿੰਡ ਤੂੰ ਰਾਂਗੜੇ ਚ ਆਇਆ ਹਾਂ ਰਾਂਗੜੇ ਚ ਤੈਨੂੰ ਪਤਾ ਇੱਥੋਂ ਦੇ ਲੋਕ ਜ਼ਿਆਦਾ ਪੜ੍ਹੇ ਲਿਖੇ ਆ ਅੱਛਾ ਇੱਥੋਂ ਦੇ ਲੋਕ ਪੜ੍ਹੇ ਲਿਖੇ ਬੜੇ ਆ ਚੰਗੀ ਗੱਲ ਬਾਹਰ ਵੀ ਗਏ ਆ ਯੂਕੇ ਤੋਂ ਵੀ ਆਏ ਯੂਕੇ ਵੀ ਗਏ ਆ ਅਮਰੀਕਾ ਤੋਂ ਵੀ ਆਏ ਆ ਇੱਧਰ ਲਾਈਵ ਚੱਲਣ ਦਿਆ ਬਾਹਰ ਵਾਲੇ ਵੇਖਣ ਦਾ ਆ ਹਾਂਜੀ ਇਹਨਾਂ ਨੂੰ ਕਿੱਦਾਂ ਪਤਾ ਲੱਗੂ ਵੀ ਚਾਚਾ ਬਿਸ਼ਨਾ ਵੀ ਪੜ੍ਹਿਆ ਲਿਖਿਆ ਮੈਂ ਵੀ ਬਾਹਰ ਗਿਆ ਬਾਹਰ ਜਾਣ ਦੀ ਗੱਲ ਨਹੀਂ ਗੱਲ ਅੰਗਰੇਜ਼ੀ ਦੀ ਗੱਲ ਕਮਾੜੀ ਮੋਟੀ ਆਉਂਦੀ ਹੋਵੇ ਤਾਂ ਪਤਾ ਲੱਗੇ ਅੰਗਰੇਜ਼ੀ ਦੀ ਗੱਲ ਸੁਣ ਲਓ ਓਏ ਆਉਂਦੀ ਨਹੀਂ ਤੈਨੂੰ ਅੰਗਰੇਜ਼ੀ ਦੀ ਆ ਆਫ ਕੋਰਸ ਆਉਂਦੀ ਹੈ ਓ ਫੋ ਚੁੰਜੀ ਮੈਂ ਸੁਣ ਲੈਣੀ ਇੱਥੇ ਸੁਣ ਲੈ ਹਾਂਜੀ ਭੈਣ ਜੀ ਸੁਣੀਏ ਅੰਗਰੇਜ਼ੀ ਸੁਣ ਲਓ ਤਾੜੀ ਮਾਰਿਓ ਮਾੜੀ ਜਾ ਹਾਂ ਤਾੜੀ ਵੱਜ ਗਈ ਭੈਣ ਜੀ ਤੂੰ ਇਹ ਤਾੜੀ ਹਾਂਜੀ ਉਹ ਅੰਗਰੇਜ਼ੀ ਸਿਖਾਉਣੀ ਆ ਕਬੱਡੀ ਨਹੀਂ ਕਰਨੀ ਓ ਯਾਰ ਮੈਂ ਖੁੱਲਾ ਡੁੱਲਾ ਹੋ ਕੇ ਸੁਣਾਉਣਾ ਨਾ ਅੰਗਰੇਜ਼ੀ ਹਾਂਜੀ ਚਾਚਰਾ ਬਿਖਣਾ ਅੰਗਰੇਜ਼ੀ ਬੋਲੇਗਾ ਹਾਂਜੀ ਸ਼ੁਰੂ ਕਰੇਗਾ ਹਾਂਜੀ ਸ਼ੁਰੂ ਕਰ ਚਲੋ ਭੌਂਕੋ ਛੇਤੀ ਕਰੋ ਕੀ ਹੋਇਆ ਉਹ ਫੜ ਉਹ ਫੜ ਸਾਹ ਰੋਕ ਗਿਆ ਜਿਹੜਾ ਮਾਰ ਮੁੱਕੀ ਕੀ ਮਾਰ ਓਏ ਬੰਸਰ ਰੁਕੇ ਮਾਰ ਮੁੱਕੀ ਓਏ ਮੈਂ ਰੋਣਾ ਹੀ ਇਦਾਂ ਨਾ ਕੀ ਹੋਇਆ ਐਡ ਕਰਨੀ ਮੈਨੂੰ ਭੌਂਕੋ ਭੌਂਕੋ ਕਹਿੰਦੇ ਆਰ ਕੇ ਐਸ ਟੈਂਟ ਹਾਊਸ ਵਾਲੇ ਇੱਥੇ ਵਧੀਆ ਡੀਜੇ ਸਾਊਂਡ ਫਲੋਰ ਡੈਕੋਰੇਸ਼ਨ ਲਾਈਟਿੰਗ ਡੈਕੋਰੇਸ਼ਨ ਵਧੀਆ ਸਮਾਨ ਮਿਲਦਾ ਹੈ ਕਿਰਾਏ ਤੇ ਕਿਰਾਏ ਤੇ ਹੀ ਹੈ 50 ਰੁਪਏ ਮਿਲਦੇ ਹਨ ਇਹਨਾਂ ਵੱਲੋਂ 50 ਰਹਿ ਗਏ ਬਾਕੀ ਬਾਅਦ ਚ ਐਡਰੈਸ ਬੋਲਾਂਗੇ ਹੈਲੋ ਮੈਨੂੰ ਭੌਂਕੋ ਭੌਂਕੋ ਕਹਿੰਦਾ ਓਏ ਤੈਨੂੰ ਅੱਗੇ ਦੱਸਿਆ ਬਜ਼ੁਰਗ ਬੰਦਾ ਇੱਜ਼ਤ ਕਰਨੀ ਤੇ ਖਬਰਦਾਰ ਭੌਂਕੋ ਭੌਂਕੋ ਕਹਿੰਦੇ ਚਲੋ ਛੇਤੀ ਡਿੰਗੋ ਤੇ ਸਾਲਿਆ ਡਿੰਗੋ ਵੀ ਭੌਂਕੋ ਹੀ ਹੁੰਦਾ ਹਾਂ ਡਿੰਗੋ ਵੀ ਭੌਂਕੋ ਹੁੰਦਾ ਤੂੰ ਕਰ ਬਕਵਾਸ ਯਾਰ ਅੰਗਰੇਜ਼ੀ ਸੁਣਾ ਕੱਲੀ ਅੰਗਰੇਜ਼ੀ ਹਾਂ ਚਲੋ ਸੁਣੋ ਅੰਗਰੇਜ਼ੀ 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 ਗੜੇ ਪਰ ਸਾਲਿਓ ਟੂਆ ਪੁੱਟ ਕੇ ਦੱਬ ਹੀ ਦਊਂਗਾ ਮੈਨੂੰ ਇਹ ਅੰਗਰੇਜ਼ੀ ਨਹੀਂ ਹੁੰਦੀ ਅਸੀਂ ਪੜ੍ਹੇ ਲਿਖੇ ਆ ਸਾਰਿਆਂ ਨੂੰ ਪਤਾ ਅੰਗਰੇਜ਼ੀ ਕਿਹੜੀ ਹੁੰਦੀ ਆ ਅੰਗਰੇਜ਼ੀ ਹੁੰਦੀ ਸਪੈਲਿੰਗ ਵਾਲੀ ਉਹ ਸੁਣਾ ਹੈ ਇਹ ਜਨਾ ਸਾਲਿਆ ਯੂ ਯੂ ਕੀ ਕਰਦਾ ਉਹ ਤੂੰ
ਮੈਂ ਯੂੰ ਯੂੰ ਕਿਉਂ ਕੀਤਾ? ਮੈਂ ਕਿਹਾ ਉਸ ਨਾਲ ਸਪੈਲਿੰਗ ਵਾਲੀ ਤੂੰ ਯੂੰ ਯੂੰ ਕੀਤਾ ਵਾ? ਨਹੀਂ ਮੈਂ ਹਾਂ ਯੂੰ ਯੂੰ ਕੀਤਾ ਯੂੰ ਇਤਾਂ ਕਰਕੇ ਯੂੰ ਯੂੰ ਕਿਉਂ ਕੀਤਾ ਜੀ? ਯੂੰ ਯੂੰ ਕਰਦਾ ਮੈਂ? ਆਹੋ ਯੂੰ ਯੂੰ ਕਰਦਾ ਏ ਸਪੈਲਿੰਗ ਵੀ ਕਰਦਾ ਹੀ ਆ ਸਪੈਲਿੰਗਾਂ ਵਾਲੀ ਸੁਣਾ ਸਪੈਲਿੰਗ ਵਾਲੀ ਅੰਗਰੇਜ਼ੀ ਕਹਿੰਦਾ ਸਾਰਿਆਂ ਨੂੰ ਪਤਾ ਸਪੈਲਿੰਗ ਵਾਲੀ ਹੁੰਦੀ ਆ ਐੜਾ ਉੱਤੇ ਟਿੱਪੀ ਕੱਕਾ ਯਾਰ ਮੈਂ ਪਾਗਲ ਆ ਮੈਂ ਪਾਗਲ ਆ ਹੁਣ ਮੂੰਹ ਕਰ ਸ਼ਦਾਈ ਆ ਜਿਹੜਾ ਇਹੋ ਜਿਹਾ ਸਵਾਲ ਪੁੱਛਣ ਡਿਆ ਓਏ ਅੰਗਰੇਜ਼ੀ ਏ ਬੀ ਸੀ ਵਾਲੀ ਹੁੰਦੀ ਉਹ ਸੁਣਾ ਦਿਮਾਗ ਖਾ ਗਿਆ ਯਾਰ ਸ਼ੁਰੂ ਕਿੱਥੋਂ ਹੁੰਦੀ ਆ ਏ ਤੋ ਉਹ ਕਿਦਣ ਸਾਲਿਆ ਇਦਾਂ ਹੀ ਮਰ ਜਾਣਾ ਸਟੇਜਾਂ ਤੇ ਏ ਤੋ ਏ ਅੱਗੇ ਇਹ ਕੀ ਹੈ ਪਾਗਲ ਉਹਨੇ ਕਿਹਾ ਅੱਗੇ ਏ ਓਏ ਅੱਗੇ ਓ ਲਾ ਯਾਰ ਯਾਰ ਪਾਗਲ ਕਿਨੂੰ ਅੰਗਰੇਜ਼ੀ ਸੋਨਾ ਤੇ ਲਾਤਾ ਯਾਰ ਤੂੰ ਏ ਅੱਗੇ ਹੋਰ ਅੱਗੇ ਯਾਰ ਸਦਾਈ ਘਰ ਪੜਾਉਂਦੇ ਸਾਨੂੰ ਇਹ ਏ ਓਏ ਅੱਗੇ ਯਾਰ ਕੀ ਕਰਨ ਦਿਆ ਯਾਰ ਏ ਓਏ ਅੱਗੇ ਅੱਗੇ ਤੁਹਾਡੇ ਪਿਓ ਨੇ ਡਿੱਗ ਪੈਣਾ ਹੁਣ ਮੈਂ ਦਾਦਾ ਤੈਨੂੰ ਸਮਝ ਲੱਗੀ ਨਹੀਂ ਤੇਰਾ ਸਮਝਾਈਦਾ ਹੁੰਦਾ ਵਾ ਉਹਦੇ ਕਹਿਣ ਦਾ ਮਤਲਬ ਆ ਅੱਗੇ ਏ ਏ ਬੋਲੇ ਨਾ ਏ ਤੋਂ ਅੱਗੇ ਬੀ ਬੀ ਹੈ ਏ ਤੋਂ ਅੱਗੇ ਬੀ ਬੀ ਕਿੱਥੇ ਤੁਹਾਡੀ ਬੀਬੀ ਉਹ ਵੀ ਆਈ ਤਰਨ ਤਰਨ ਤੋਂ ਯਾਰ ਤੂੰ ਪਾਗਲ ਹੈ ਯਾਰ ਤੈਨੂੰ ਮੇਲਾ ਮਸ਼ਹੂਰ ਆ ਗਈ ਹੋਣੀ ਓ ਹੈਲੋ ਮੈਥੋਂ ਸੁਣ ਉਹਦੇ ਕਹਿਣ ਦਾ ਮਤਲਬ ਕੱਲੀ ਬੀ ਅੱਛਾ ਨਾ ਵਾ ਕੱਲੀ ਬੀ ਭੈਣ ਕਿੱਥੇ ਬੈਠੀ ਹੈ ਓ ਜਾ ਜਾ ਨਾ ਵਾ ਮੇਰੇ ਕਹਿਣਾ ਮਤਲਬ ਏ ਬੀ ਏ ਬੀ ਏ ਬੀ ਮੈਂ ਕਹਿੰਦਾ ਤੋਰਾ ਪੈ ਜਾਣਾ ਹੀ ਇਹਨੂੰ ਸੁਣ ਲੈ ਬਿੱਟੇ ਓ 100 ਦਾ ਨੋਟ ਫੜ ਲਾ ਹੋ ਜਾਣਾ ਸੀ 500 ਦਾ 500 ਦਾ ਪ੍ਰਬੰਧਕ ਬੇਨਤੀ ਹੈ ਤੇਰੀ ਨੇੜੇ ਨੇੜੇ ਰਹੋ ਥੋੜਾ ਥੋੜਾ ਉਹ ਲੀਡ ਲਿਆ ਭਾਜੀ ਉਹ ਮਿਊਜ਼ੀਸ਼ੀਅਨ ਵਾਲਾ ਏ ਬੀ ਏ ਬੀ ਉਹ ਪਰਾਂ ਜਾ ਛੱਡ ਸਾਰਾ ਬੰਦ ਕਰ ਅੰਗਰੇਜ਼ੀ ਸੁਣਦੇ ਆ ਦੇਖੋ ਪਾਗਲ ਤੋਂ ਅੰਗਰੇਜ਼ੀ ਕਦੇ ਸਾਡੇ ਕੋਲ ਸੁਣ ਕੇ ਵੇਖ ਤੁਹਾਨੂੰ ਆਉਂਦੀ ਅੰਗਰੇਜ਼ੀ ਅਸੀਂ ਬੀ ਏ ਪਾਸ ਕੀਤੀ ਹੋਈ ਹੈ ਲਓ ਦੋ ਅੱਖਰ ਪੜ੍ਹੇ ਉਹ ਵੀ ਪੁੱਠੇ ਬੀ ਏ ਬੀ ਦੇ ਬਾਅਦ ਸੀ ਉਹਦੀ ਕਹਿੰਦਾ ਬੀ ਏ ਉਹ ਡਿਗਰੀ ਹੁੰਦੀ ਹੈ ਆਈ ਐਮ ਐਜੂਕੇਟਿਡ ਬੋਏ ਕਿਹੜੇ ਬੂਏ 'ਚ ਮੈਂ ਪੜ੍ਹਿਆ ਲਿਖਿਆ ਇੰਗਲਿਸ਼ ਦੇ ਦੋ ਵਰਡ ਆ ਹਾਂਜੀ ਯੂਕੇ ਵਾਲੇ ਭੈਣ ਜੀ ਸਾਡੇ ਸੁਣਿਓ ਇੰਗਲਿਸ਼ ਦੇ ਦੋ ਵਰਡ ਆ ਨਿਸ਼ਾਨ ਜੀ ਆਈ ਡੋਂਟ ਨੋ ਆਈ ਡੋਂਟ ਨੋ ਪ੍ਰਬੰਧਕ ਕਮੇਟੀ ਧਿਆਨ ਦਿਓ ਆਈ ਡੋਂਟ ਨੋ ਆਈ ਡੋਂਟ ਨੋ ਆਈ ਡੋਂਟ ਨੋ ਇਹਨੂੰ ਪੰਜਾਬੀ 'ਚ ਕੀ ਕਹਿੰਦੇ ਆ ਮੈਂ ਬੋਲ ਬੋਲ ਆਈ ਡੋਂਟ ਨੋ ਨੂੰ ਪੰਜਾਬੀ 'ਚ ਮੈਨੂੰ ਨਹੀਂ ਪਤਾ ਤੇ ਸਾਲਿਆ ਬੀਏ ਕਾਹਦੀ ਕੀਤੀ ਬੀਏ ਕਾਹਦੀ ਕੀਤੀ ਜਿਹਦਾ ਮਤਲਬ ਨਹੀਂ ਪਤਾ ਆਈ ਨੋ ਦੂਸਰਾ ਸਵਾਲ ਆਈ ਨੋ ਆਈਓ ਇਹਨੂੰ ਪੰਜਾਬੀ 'ਚ ਕੀ ਕਹਿੰਦੇ ਮੈਨੂੰ ਪਤਾ ਉਹਦਾ ਕਿਉਂ ਨਹੀਂ ਪਤਾ ਇਹਦਾ ਤੈਨੂੰ ਪਤਾ ਜੀ ਉਹਦਾ ਕਿਉਂ ਨਹੀਂ ਪਤਾ ਵਾ ਉਹਨੂੰ ਪੁੱਛ ਉਹਨੂੰ ਪੁੱਛ ਓ ਯਾਰ ਮੇਰੇ ਵਾਰੀ ਸਵਾਲ ਬਦਲੋ ਥੈਂਕ ਯੂ ਜੀ ਤੂੰ ਦੱਸ ਓ ਮੇਰੇ ਵਾਰੀ ਸਵਾਲ ਬਦਲ ਯਾਰ ਪਰਾਂ ਉਹ ਆਂਦਾ ਸਵਾਲ ਬਦਲ ਸਵਾਲ ਤੇ ਮੇਰੇ ਪੈਰਾਂ 'ਚ ਭੱਜੇ ਫਿਰਦੀ ਆ ਇਹ ਕੀ ਸਵਾਲ ਆ ਇਹ ਕਿੱਦਾਂ ਉਹਨੂੰ ਉਹਦੇ ਨਾਲ ਪੁੱਛਣ ਡਿਆ ਇਹਨੂੰ ਇਹਦੇ ਨਾਲ ਪੁੱਛਦਾ ਆਈ ਐਮ ਗੋਇੰਗ ਅੱਛਾ ਆਈ ਐਮ ਗੋਇੰਗ ਆਈ ਐਮ ਗੋਇੰਗ ਆਈ ਐਮ ਗੋਇੰਗ ਇਹਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੀ ਮੈਂ ਚੱਲਿਆ ਦੱਸ ਕੇ ਜਾ ਯਾਰ ਭਰਾ ਸਦਾਈ ਬਣਾਉਂਦੇ ਆ ਸਾਨੂੰ ਆਪ ਨੂੰ ਅੰਗਰੇਜ਼ੀ ਹੁੰਦੀ ਇਹਨੂੰ ਪੰਜਾਬੀ 'ਚ ਪੁੱਛੋ ਉਹਦੀ ਅੰਗਰੇਜ਼ੀ ਆਪਾਂ ਬਣਾ ਕੇ ਛਿੱਤਰ ਹੋਣਾ ਭਾਵੇਂ ਕੀ ਕਰ ਤੂੰ ਪੁੱਛ ਪੰਜਾਬੀ 'ਚ ਮੈਂ ਬਣਾਉਂਗਾ ਅੰਗਰੇਜ਼ੀ ਹਾਂ ਹੁਣ ਦਿੱਤੀ ਮੈਂ ਬਣਾਉਂਗਾ ਸਾਡੇ ਪ੍ਰਬੰਧਕਾਂ ਵੱਲੋਂ ਹੁਕਮ ਹੋ ਗਿਆ ਕਹਿੰਦੇ ਕਾਮੇਡੀ ਬਸ ਕਰੋ ਤੇ ਹੁਣ ਸਾਜ ਬੈਲੈਂਸ ਕਰ ਲਈਏ ਇੱਧਰ ਬੈਲੈਂਸ ਤੇ ਗੱਲ ਸੁਣ ਲੈ ਮੇਰੀ ਲਾਸਟ ਆ 2 ਮਿੰਟ ਭਾਜੀ ਨਹੀਂ 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 ਮੁਕ ਠਹਿਰ ਜੋ ਮੈਂ ਜੇ ਬਹਾਉਣਾ ਜੀ ਮੈਂ ਭਾਜੀ ਬਦਲਾ ਲੈਣਾ ਜੂਣਾ ਮੋੜੀ ਜੂੜਾ ਮੋੜੀ ਜਿਹੜਾ ਬਦਲਾ ਲੈਣਾ ਤੂੰ ਪੰਜਾਬੀ ਤੂੰ ਪੰਜਾਬੀ 'ਚ ਪੁੱਛ ਤੇ ਮੈਂ ਅੰਗਰੇਜ਼ੀ ਬਣਾਉਂਗਾ ਆਹੋ ਹੁਣ ਜੁੱਤੀ ਮੈਂ ਆਉਂਗਾ ਜੇ ਵੇਖਿਓ ਵੈਰੀ ਗੁੱਡ ਹਟ ਜਾ ਇਹ ਕੀ ਕਰਨ ਡਿਆ ਜੁੱਤੀ ਤੱਤੀ ਕਰਨ ਦੇ ਵੇਖਿਓ ਜੇ ਪਰੇ ਹੋ ਜਾ ਫਿਰ
ਤੂੰ ਕੀ ਕਰਨ ਦਿਆਂ? ਮੈਂ ਪੈਂਚਰ ਲਾਉਣਾ ਹੈ ਸਾਲਿਆ, ਮੈਂ ਵੀ ਤੱਤੀ ਕਰਨਾ ਹੈ। ਪੰਜਾਬੀ ਤੋਂ ਅੰਗਰੇਜ਼ੀ ਆ ਜਾ। ਇੱਕ ਤਾਲਾ ਜਿੰਦਰਾ, ਜਿਹੜਾ ਪੈਂਜੇ ਆਪਾਂ ਘਰਾਂ 'ਚ ਜਿੰਦਰਾ ਮਾਰਦੇ ਹਾਂ ਦਰਵਾਜ਼ੇ ਨੂੰ, ਜਿੰਦਰਾ ਉਹਦੀ ਇੱਕ ਲੋਹੇ ਦੀ ਚਾਬੀ ਹੁੰਦੀ ਨੀਗੀ ਜੀ। ਹਾਂ ਹੁੰਦੀ 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 ਕੀ ਹੈਗੀ ਹੈ ਜੀ ਚਾਬੀ ਆ। ਹਾਂ, ਚਾਬੀ ਨੂੰ ਅੰਗਰੇਜ਼ੀ ਦੇ ਵਿੱਚ ਹਾਂ ਕੀ ਕਹਿੰਦੇ ਆ? ਚਾਬੀ ਨੂੰ ਅੰਗਰੇਜ਼ੀ 'ਚ ਕੀ ਕਹਿੰਦਾ? ਕੀ ਸਾਰਿਆਂ ਨੂੰ ਸੁਣ ਗਿਆ ਕਹਿੰਦਾ ਕੀ ਚਾਬੀ ਆ? ਹਾਂ, ਉਹਨੂੰ ਅੰਗਰੇਜ਼ੀ 'ਚ ਹਾਂ ਕੀ ਕਹਿੰਦੇ? ਕੀ ਉਹ ਤੂੰ ਮਰ ਜਾਣਾ ਹੀ ਮੇਰੇ ਇੱਥੋਂ, ਮੈਂ ਕਹਿੰਦਾ ਚਾਬੀ ਆ। ਚਾਬੀ ਉਹਨੂੰ ਅੰਗਰੇਜ਼ੀ 'ਚ ਹਾਂ ਕੀ ਕਹਿੰਦੇ? ਕੀ ਓਏ ਮੇਰੀ ਵਾਹ ਨਹੀਂ ਹੈਗੀ, ਚਾਬੀ ਆ। ਹਾਂ, ਉਹਨੂੰ ਅੰਗਰੇਜ਼ੀ 'ਚ ਹਾਂ ਕੀ ਕਹਿੰਦੇ? ਕੀ ਚਾਬੀ? ਹਾਂ, ਉਹਨੂੰ ਅੰਗਰੇਜ਼ੀ 'ਚ ਹਾਂ ਉਹ ਦੱਸੋ। ਇਹਦੇ ਕੋਲ ਪੁੱਛੇ ਪੜ੍ਹਿਆ ਲਿਖਿਆ ਵਾ ਜ਼ਿਆਦਾ? ਸਵਾਲ ਬਦਲ, ਸਵਾਲ ਹਾਂ ਸਵਾਲ ਬਦਲਦੇ। ਸ਼ੁਕਰੀਆ ਬਾਬਾ। ਸਵਾਲ ਦੇ ਪੈਰਾਂ 'ਚ ਭੱਜੇ ਫਿਰਦੇ ਆ। ਵੱਟ ਸ਼ਬਦ, ਵੱਟ ਪ੍ਰੋਬਲਮ, ਵੱਟ ਵੱਟ ਪ੍ਰੋਬਲਮ, ਵੱਟ 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 ਨੂੰ ਪੰਜਾਬੀ 'ਚ ਕੀ ਕਹਿੰਦੇ? ਕੀ ਉਹ ਜਾਂਦੇ ਚਾਬੀ ਨੂੰ ਕਹਿੰਦੇ ਆ? ਉਹ ਖਲੋਇਆ ਯਾਰ, ਉਹ ਜ਼ਿਆਦਾ ਪੜ੍ਹਿਆ ਲਿਖਿਆ, ਮੈਂ ਫੇਲ ਹਾਂ ਯਾਰ। ਉਹ ਵੱਟ ਸ਼ਬਦ ਆ? ਹਾਂ, ਵੱਟ ਸ਼ਬਦ ਆ। ਇਹਨੂੰ ਪੰਜਾਬੀ ਪੁੱਛ ਲੈ, ਦੇਖੋ ਹਾਂ ਪੁੱਛ ਪੁੱਛ। ਵੱਟ ਨੂੰ ਪੰਜਾਬੀ 'ਚ ਹਾਂ ਹਾਂ ਹੋ ਜਾ, ਡਬਲ ਸਿਮ ਚਲਾਉਂ ਮੈਂ। ਵੱਟ, ਹਾਂ ਵੱਟ ਨੂੰ ਕੀ ਕਹਿੰਦੇ ਪੰਜਾਬੀ 'ਚ? ਕੀ ਚਾਬੀ ਨੂੰ? ਕੀ ਵੱਟ ਨੂੰ? ਨਾ ਕਿਲ ਪਿੱਛੋਂ ਨਿਕਲ ਆਉਣੀ ਹੂੰ।